ਇੱਕ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਸੜਕ ਵਿਚਕਾਰ ਹੀ ਇਹ ਪੀਆਰਟੀਸੀ ਦੀ ਬੱਸ ਪਲਟ ਜਾਂਦੀ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਛੀਕ ਚਿਹਾੜਾ ਪੈ ਜਾਂਦਾ ਹੈ। ਇਹ ਹਾਦਸਾ ਬਠਿੰਡਾ ਡੱਬਵਾਲੀ ਦੇ ਨੈਸ਼ਨਲ ਹਾਈਵੇ ਤੇ ਪਿੰਡ ਪਥਰਾਲਾ ਤੇ ਰੁਲਦੂ ਸਿੰਘ ਵਾਲਾ ਦੇ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਇਹ ਬੱਸ ਅਚਾਨਕ ਡਿਵਾਈਡਰ ਨਾਲ ਜਾ ਟਕਰਾਉਂਦੀ ਹੈ ਤੇ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਬੱਸ ਪਲਟ ਜਾਂਦੀ ਹੈ। ਇਸ ਹਾਦਸੇ ਦੇ ਦੌਰਾਨ ਇੱਕ ਔਰਤ ਦੀ ਵੀ ਮੌਤ ਹੋ ਗਈ ਹੈ। ਇਹ ਬੱਸ ਡੱਬ ਵਾਲੀ ਤੋਂ ਬਠਿੰਡਾ ਜਾ ਰਹੀ ਸੀ ਤੇ ਜਦੋਂ ਪਿੰਡ ਪਥਰਾਲਾ ਕੋਲ ਪਹੁੰਚੀ ਤਾਂ ਇਸਦਾ ਸੰਤੁਲਨ ਵਿਗੜ ਗਿਆ ਤੇ ਇਸ ਹਾਦਸੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਜਿਸਦਾ ਨਾਮ ਜਸਵਿੰਦਰ ਕੌਰ ਸੀ ਜੋ ਪਿੰਡ ਲੋਹਾਰਾਂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਆਪਣੀ ਬੇਟੀ ਦੇ ਬੱਚਾ ਹੋਣ ਤੋਂ ਬਾਅਦ ਆਪਣੇ ਪਤੀ ਨਾਲ ਵਾਪਸ ਬਠਿੰਡਾ ਆ ਰਹੀ ਸੀ। ਇਸ ਤੋਂ ਇਲਾਵਾ ਇਸ ਹਾਦਸੇ ਦੇ ਦੌਰਾਨ 3 ਤੋਂ 4 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਅਤੇ 30 ਤੋਂ ਜ਼ਿਆਦਾ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ। ਮੌਕੇ ਤੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਮਸਾਣਾ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਪਟਨਾ ਜੀ ਬੱਜਰੀ ਦਾ ਪਿਆ ਸੀ ਅੱਗੇ ਢੇਰ, ਉਹਦੇ ਚ ਵੱਜੀ ਬੱਸ। ਕਾਰਨ ਕੀ ਬਾਤ? ਵੇਖੋ ਜੀ ਕੀ ਕਾਰਨ ਹੋਣਾ, ਬਸ 3-4 ਗੇੜੇ ਖਾ ਗਈ, ਇਹ ਬਾਰੀ ਚ ਡਿੱਗ ਪਏ ਥੱਲੇ, ਉੱਤੇ ਬੱਸ ਮੋਦੀ ਹੋ ਗਈ। ਹਾਂਜੀ, ਡਰਾਈਵਰ ਦਾ ਗੁਨਾਹ, ਡਰਾਈਵਰ ਤਾਂ ਪਤਾ ਨੀ ਕੀ ਅੱਖਾਂ ਮੀਟਦਾ ਆਉਂਦਾ ਸੀ। ਤੁਸੀਂ ਬੱਸ ਚ ਸੀਗੇ ਉਸ ਸਮੇਂ? ਹਾਂ, ਨਾਲ ਹੀ ਸੀ ਮੈਂ, ਇਕੱਠੀ ਸੀ। ਬਸ 3-4 ਗੇੜੇ ਖਾ ਗਈ, ਬਾਰੀ ਚ ਡਿੱਗ ਪਏ ਥੱਲੇ, ਉੱਤੇ ਬੱਸ ਮੋਦੀ ਹੋ ਗਈ। ਹਾਂਜੀ, ਡੱਬ ਵਾਲੀ ਤੋਂ ਆ ਰਿਹਾ ਸੀ। ਕੌਣ ਨੇ ਇਹ ਡੈਥ? ਮੇਰੇ ਘਰ ਦੇ ਜੀ। ਡਰਾਈਵਰ ਦਾ ਗੁਨਾਹ, ਡਰਾਈਵਰ ਤਾਂ ਪਤਾ ਨੀ ਕੀ ਅੱਖਾਂ ਮੀਟਦਾ ਆਉਂਦਾ ਸੀ। ਤੁਸੀਂ ਬੱਸ ਚ ਸੀਗੇ ਉਸ ਸਮੇਂ? ਹਾਂ, ਨਾਲ ਹੀ ਸੀ ਮੈਂ, ਇਕੱਠੀ ਸੀ। ਇੱਕ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਸੜਕ ਵਿਚਕਾਰ ਹੀ ਇਹ ਪੀਆਰਟੀਸੀ ਦੀ ਬੱਸ ਪਲਟ ਜਾਂਦੀ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਛੀਕ ਚਿਹਾੜਾ ਪੈ ਜਾਂਦਾ ਹੈ। ਇਹ ਹਾਦਸਾ ਬਠਿੰਡਾ ਡੱਬਵਾਲੀ ਦੇ ਨੈਸ਼ਨਲ ਹਾਈਵੇ ਤੇ ਪਿੰਡ ਪਥਰਾਲਾ ਤੇ ਰੁਲਦੂ ਸਿੰਘ ਵਾਲਾ ਦੇ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਇਹ ਬੱਸ ਅਚਾਨਕ ਡਿਵਾਈਡਰ ਨਾਲ ਜਾ ਟਕਰਾਉਂਦੀ ਹੈ ਤੇ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਬੱਸ ਪਲਟ ਜਾਂਦੀ ਹੈ। ਇਸ ਹਾਦਸੇ ਦੇ ਦੌਰਾਨ ਇੱਕ ਔਰਤ ਦੀ ਵੀ ਮੌਤ ਹੋ ਗਈ ਹੈ। ਇਹ ਬੱਸ ਡੱਬ ਵਾਲੀ ਤੋਂ ਬਠਿੰਡਾ ਜਾ ਰਹੀ ਸੀ ਤੇ ਜਦੋਂ ਪਿੰਡ ਪਥਰਾਲਾ ਕੋਲ ਪਹੁੰਚੀ ਤਾਂ ਇਸਦਾ ਸੰਤੁਲਨ ਵਿਗੜ ਗਿਆ ਤੇ ਇਸ ਹਾਦਸੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਜਿਸਦਾ ਨਾਮ ਜਸਵਿੰਦਰ ਕੌਰ ਸੀ ਜੋ ਪਿੰਡ ਲੋਹਾਰਾਂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਆਪਣੀ ਬੇਟੀ ਦੇ ਬੱਚਾ ਹੋਣ ਤੋਂ ਬਾਅਦ ਆਪਣੇ ਪਤੀ ਨਾਲ ਵਾਪਸ ਬਠਿੰਡਾ ਆ ਰਹੀ ਸੀ। ਇਸ ਤੋਂ ਇਲਾਵਾ ਇਸ ਹਾਦਸੇ ਦੇ ਦੌਰਾਨ 3 ਤੋਂ 4 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਅਤੇ 30 ਤੋਂ ਜ਼ਿਆਦਾ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ। ਮੌਕੇ ਤੇ ਸੰਗਤ ਸਹਾਰਾ ਦੇ ਵਰਕਰ ਸਿਕੰਦਰ ਮਸਾਣਾ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ
ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਪਟਨਾ ਜੀ ਬਜਰੀ ਦਾ ਪਿਆ ਸੀ ਅੱਗੇ ਢੇਰ, ਉਹਦੇ ਚ ਵੱਜੀ ਬੱਸ। ਕਾਰਨ ਕੀ ਬਾਤ? ਵੇਖੋ ਜੀ ਕੀ ਕਾਰਨ ਹੋਣਾ, ਬੱਸ ਤਿੰਨ ਚਾਰ ਗੇੜੇ ਖਾ ਗਈ, ਇਹ ਬਾਰੀ ਚ ਡਿੱਗ ਪਏ ਥੱਲੇ, ਉੱਤੇ ਬੱਸ ਮੁੱਧੀ ਹੋ ਗਈ। ਹਾਂਜੀ, ਡਰਾਈਵਰ ਦਾ ਗੁਨਾਹ, ਡਰਾਈਵਰ ਤਾਂ ਪਤਾ ਨੀ ਕੀ ਅੱਖਾਂ ਮੀਟਦਾ ਆਉਂਦਾ ਸੀ। ਤੁਸੀਂ ਬੱਸ ਚ ਸੀਗੇ ਉਸ ਸਮੇਂ? ਹਾਂ, ਨਾਲ ਹੀ ਸੀ ਮੈਂ, ਇਕੱਠੀ ਸੀ। ਬੱਸ ਤਿੰਨ ਚਾਰ ਗੇੜੇ ਖਾ ਗਈ, ਬਾਰੀ ਚ ਡਿੱਗ ਪਏ ਥੱਲੇ, ਉੱਤੇ ਬੱਸ ਮੁੱਧੀ ਹੋ ਗਈ। ਹਾਂਜੀ, ਦੱਬ ਵਾਲੀ ਤੋਂ ਆ ਰਿਹਾ ਸੀ। ਕੌਣ ਨੇ ਇਹ ਡੈਥ? ਮੇਰੇ ਘਰ ਦੇ ਜੀ। ਡਰਾਈਵਰ ਦਾ ਗੁਨਾਹ, ਡਰਾਈਵਰ ਤਾਂ ਪਤਾ ਨੀ ਕੀ ਅੱਖਾਂ ਮੀਟਦਾ ਆਉਂਦਾ ਸੀ। ਤੁਸੀਂ ਬੱਸ ਚ ਸੀਗੇ ਉਸ ਸਮੇਂ? ਨਾਲ ਹੀ ਸੀ ਮੈਂ, ਇਕੱਠੀ ਸੀ।